ਇੰਨੇ ਵੀ ਸਾਡੇ ਦੋਸਤ ਸਾਡੇ YouTube ਚੈਨਲ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਸਾਰਿਆਂ ਨੇ ਥੰਬਨੇਲ ਦੇਖ ਹੀ ਲਿਆ ਹੋਣਾ ਕਿ ਅੱਜ ਦੀ ਜਿਹੜੀ ਆਪਾਂ ਵੀਡੀਓ ਆ ਉਹ ਨਿਊਜ਼ੀਲੈਂਡ ਦੇ ਉੱਤੇ ਕਰਾਂਗੇ ਕਿਉਂਕਿ ਨਿਊਜ਼ੀਲੈਂਡ ਕੰਟਰੀ ਹੁਣ ਵਰਕ ਪਰਮਿਟ ਦੇ ਰਹੀ ਆ 6 ਮਹੀਨੇ ਦਾ ਉਹ ਵਰਕ ਪਰਮਿਟ ਦੇ ਰਹੀ ਆ ਤਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਆ ਸਾਰੀ ਉਹਦੇ ਉੱਤੇ ਕਰਾਂਗੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਆ ਤੇ ਤੁਹਾਨੂੰ ਇਹਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਤੇ ਕੀ ਕੀ ਤੁਹਾਨੂੰ ਕਰਨਾ ਪਏਗਾ ਉਸ ਤੋਂ ਪਹਿਲਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਤਾਂ ਇਹਦੇ ਲਈ ਆਪਾਂ ਨੂੰ ਕੀ ਕੁਝ ਕਰਨਾ ਪਏਗਾ ਉਹਦੇ ਲਈ ਆਪਾਂ ਚੱਲਦੇ ਆਂ ਆਪਣੀ ਸਕਰੀਨ ਤੇ ਤਾਂ ਦੋਸਤੋ ਆਓ ਆਪਾਂ ਹੁਣ ਸ਼ੁਰੂ ਕਰਦੇ ਆਂ ਤੁਹਾਨੂੰ ਪੂਰਾ ਉਹ ਸਟੈਪ ਵਾਈਜ਼ ਸਟੈਪ ਆਪਾਂ ਦੱਸਦੇ ਆਂ ਕਿ ਤੁਸੀਂ ਕਿਸ ਤਰੀਕੇ ਨਾਲ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ Google ਤੇ ਜਾਵਾਂਗੇ Google ਦੇ ਉੱਤੇ ਆਪਾਂ ਜਾ ਕੇ ਟਾਈਪ ਕਰਨਾ ਨਿਊਜ਼ੀਲੈਂਡ ਰਿਕਵਰੀ ਵੀਜ਼ਾ ਜਦੋਂ ਤੁਸੀਂ ਇਹ ਟਾਈਪ ਕਰਤਾ ਤਾਂ ਅੱਗੇ ਮੋਰੇ ਜਿਹੜੀਆਂ ਆਹ ਵੈਬਸਾਈਟਾਂ ਖੁੱਲ ਜਾਣੀਆਂ ਆ ਇਹਦੇ ਵਿੱਚ ਦੋਸਤੋ ਬਹੁਤ ਸਾਰੀਆਂ ਵੈਬਸਾਈਟ ਆ ਜਦੋਂ ਤੁਸੀਂ ਖੋਲੂਗੇ ਤਾਂ ਇਹਦੇ ਵਿੱਚ ਜੋ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਅਫੀਸ਼ੀਅਲ ਵੈਬਸਾਈਟ ਆ ਲਿਖਿਆ ਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਤਾਂ ਥੱਲੇ ਰਿਕਵਰੀ ਵੀਜ਼ਾ ਲਿਖਿਆ ਆ ਇਹਦੇ ਉੱਤੇ ਤੁਸੀਂ ਟੱਚ ਕਰਨਾ ਆ ਤੁਸੀਂ ਹੋਰ ਕਿਸੇ ਵੈਬਸਾਈਟ ਤੇ ਨਹੀਂ ਟੱਚ ਕਰਨਾ ਜਦੋਂ ਇਹ ਵੈਬਸਾਈਟ ਤੇ ਤੁਸੀਂ ਟੱਚ ਕਰੋਗੇ ਜੋ ਨਿਊਜ਼ੀਲੈਂਡ ਗਵਰਨਮੈਂਟ ਦੀ ਅਫੀਸ਼ੀਅਲ ਵੈਬਸਾਈਟ ਹੈ ਉਹ ਖੁੱਲ ਜਾਏਗੀ ਇਹਦੇ ਉੱਤੇ ਸਪੈਸ਼ਲ ਲਿਖਿਆ ਹੋਇਆ ਹੈ ਯਾ ਰਿਕਵਰੀ ਵੀਜ਼ਾ ਇਹਦੇ ਉੱਤੇ ਜੋ-ਜੋ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਪੂਰਾ ਇਹਦੇ ਉੱਤੇ ਉਹ ਨਹੀਂ ਲਿਖਿਆ ਹੋਇਆ ਆ ਜੋ-ਜੋ ਉਹਨਾਂ ਨੂੰ ਡਾਕੂਮੈਂਟ ਚਾਹੀਦੇ ਆ ਉਹ ਵੀ ਲਿਖਿਆ ਹੈ ਤੁਸੀਂ ਕਿਸ ਤਰੀਕੇ ਨਾਲ ਇਹ ਜੌਬ ਫਾਈਂਡ ਕਰ ਸਕਦੇ ਆ ਉਹ ਵੀ ਲਿਖਿਆ ਆ ਤਾਂ ਆਪਾਂ ਤੁਹਾਨੂੰ ਅੱਗੇ ਜਾ ਕੇ ਸਾਰੀ ਦੱਸਦੇ ਆ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਸੀਂ ਆਪ ਕਿੱਦਾਂ ਖੁਦ ਅਪਲਾਈ ਕਰ ਸਕਦੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਦੇਖੋ ਇਨੀ ਲਿਖਿਆ ਆ এমਪਲੋਇੰਗ ਫੋਰ ਦਾ ਕਵਰੀ ਵੀਜ਼ਾ ਇਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ এমਪਲੋયર ਫਾਈਂਡ ਕਰਨਾ ਪੈਣਾ ਹੈ এমਪਲੋયર ਟੋਲਣਾ ਪੈਣਾ ਹੈ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਦੱਸਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ এমਪਲੋયર ਟੋਲ ਸਕਦੇ ਆ ਤਾਂ এমਪਲੋਏ ਟੋਲਣਾ ਪੈਣਾ ਸਭ ਤੋਂ ਪਹਿਲਾਂ ਉਸ ਤੋਂ ਪਹਿਲ ਉਸ ਤੋਂ ਬਾਅਦ এমਪਲੋયર ਦਾ ਇੱਕ ਫਾਰਮ ਫਿਲ ਕਰਨਾ ਹੈ ਉਹਦੇ ਵਿੱਚ এমਪਲੋયર ਦੀ ਪੂਰੀ ਡਿਟੇਲ ਦੇਣੀ ਆ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਇਹਦਾ ਵੀਜ਼ੇ ਲਈ ਜੋ ਜੋ ਨੇ ਰਿਕੁਆਇਰਮੈਂਟ ਦੱਸੀ ਆ ਉਹ ਵੀ ਪੜ ਸਕਦੇ ਆ ਉਹ ਵੀ ਦੇਖ ਸਕਦੇ ਆ ਵੀ ਉਹਨਾਂ ਨੂੰ ਕੀ ਕੀ ਪੇਪਰ ਚਾਹੀਦੇ ਆ ਕਿਸ ਤਰੀਕੇ ਨਾਲ ਇਹਦਾ ਜੋ 6 ਮਹੀਨੇ ਦਾ ਵੀਜ਼ਾ ਹੋਊਗਾ 6 ਮਹੀਨੇ ਦਾ ਤੁਹਾਡਾ ਵੀਜ਼ਾ ਲੱਗੇਗਾ ਉਸ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਪ੍ਰੋਸੈਸ ਕਰ ਸਕਦੇ ਆ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਇਹ ਆਪਣਾ ਫਾਰਮ ਆ ਉੱਪਰਲੇ ਪਾਸੇ ਇਹ ਜਿਹੜਾ ਆਪਣਾ ਜੇ ਤੁਹਾਡੇ ਕੋਲ ਕੋਈ ਨਿਊਜ਼ੀਲੈਂਡ ਤੋਂ ਮਾਲਕ ਹੈਗਾ ਆ ਜਿਹੜੇ এমਪਲੋਇਰ ਹੈ ਤੁਹਾਡਾ ਉਹਦਾ ਇਹ ਫਾਰਮ ਫਿਲ ਹੋਣਾ ਹੈ ਉਹ ਫਾਰਮ ਦੇ ਵਿੱਚ ਤੁਹਾਡੀ এমਪਲੋਇਰ ਦੀ ਪੂਰੀ ਡਿਟੇਲ ਆਉਣੀ ਆ ਉਹਦੇ ਸਾਈਨ ਆਉਣੇ ਆ ਤਾਂ ਇਹ ਫਾਰਮ ਨਾਲ ਲੱਗਣਾ ਹੈ ਇਹ ਫਾਰਮ ਤੋਂ ਬਾਅਦ ਥੱਲੇ ਤੁਸੀਂ ਜਾ ਕੇ ਜੇ ਕੋਈ ਵੀ ਉਹਨਾਂ ਨਾਲ ਕੰਟੈਕਟ ਕਰਨਾ ਹੈ ਕੋਈ ਵੀ ਹੈਲਪ ਲੈਣੀ ਆ ਤਾਂ ਤੁਸੀਂ ਉਹਨਾਂ ਦਾ ਕੰਟੈਕਟ ਨੰਬਰ ਇਹਦੇ ਤੇ ਕੰਟੈਕਟ ਕਰ ਸਕਦੇ ਆ ਉਸ ਤੋਂ ਬਾਅਦ ਇਹਦੇ ਉੱਤੇ ਲਿਖਿਆ ਆ ਪ੍ਰਸੀਡ ਟੂ ਅਪਲਾਈ ਦੋਸਤੋ ਉਹਦੇ ਉੱਤੇ ਟੱਚ ਕਰਨਾ ਆ ਤਾਂ ਅਪਲਾਈ ਆਨਲਾਈਨ ਦਾ ਮੋਰੇ ਪੇਜ ਖੋਲ ਜਾਣਾ ਇਹਦੇ ਵਿੱਚ ਤੁਸੀਂ ਕੋਸਟ ਵੀ ਦੇਖ ਸਕਦੇ ਹੋ 750 ਨਿਊਜ਼ੀਲੈਂਡ ਦੇ ਡਾਲਰ ਆ ਤਾਂ ਉਸ ਤੇ ਵਿੱਚ ਇਹਦਾ ਜੋ ਪ੍ਰੋਸੈਸਿੰਗ ਟਾਈਮ ਆ ਵਿਦਨ 1 ਵੀਕ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਦੋਸਤੋ ਹੁਣ ਤੁਹਾਨੂੰ ਆਪਾਂ ਦੱਸਦੇ ਆਂ ਕਿ ਕਿਸ ਤਰੀਕੇ ਨਾਲ ਅਪਲਾਈ ਕਰਨਾ ਇਹਦੇ ਵਿੱਚ ਤੇ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਪੜ ਵੀ ਸਕਦੇ ਆਂ ਕਿ ਕੀ ਕੀ ਉਹਨਾਂ ਦੀਆਂ ਕੰਡੀਸ਼ਨਾਂ ਆ ਕਿ ਕੀ ਕੀ ਉਹਨਾਂ ਦੀਆਂ ਸ਼ਰਤਾਂ ਆ ਤਾਂ ਤੁਸੀਂ ਪੂਰਾ ਇਹਨੂੰ ਪੜ ਸਕਦੇ ਆਂ ਤਾਂ ਆਪਾਂ ਹੁਣ ਟੱਚ ਕਰਦੇ ਆਂ ਅਪਲਾਈ ਆਨਲਾਈਨ ਤੇ ਜੇ ਦੋਸਤੋ ਇਹ ਟੱਚ ਕਰਦਾ ਨਾ ਤਾਂ ਥੋੜਾ ਟਾਈਮ ਇੱਕ ਦੋ ਸਕੈਨਟ ਲੈ ਕੇ ਮੋਰੇ ਇੱਕ ਹੋਰ ਪੇਜ ਖੁੱਲ ਜਾਣਾ ਤੇ ਇਹ ਪੇਜ ਖੁੱਲਣ ਤੋਂ ਬਾਅਦ ਤੁਹਾਨੂੰ ਜੋ ਨਿਊਜ਼ੀਲੈਂਡ ਦੀ ਅਫੀਸ਼ੀਅਲ ਵੈਬਸਾਈਟ ਆ ਉਹਦਾ ਅਕਾਊਂਟ ਬਣਾਉਣਾ ਪਏਗਾ ਉਹਦਾ ਅਕਾਊਂਟ ਬਣਾ ਕੇ ਤਾਂ ਫਿਰ ਹੀ ਤੁਸੀਂ ਇਹਨੂੰ ਇਹਦੇ ਵਿੱਚ ਜੋਬ ਅਪਲਾਈ ਕਰ ਸਕਦੇ ਆ ਜੇ ਤੁਸੀਂ ਦੋਸਤੋ ਤੁਹਾਡੇ ਕੋ ਅਕਾਊਂਟ ਬਣਾਇਆ ਤਾਂ ਸਹੀ ਆ ਨਹੀਂ ਤਾਂ ਤੁਸੀਂ ਆਈ ਨੀਡ ਟੂ ਕ੍ਰੀਏਟ ਟੂ ਲੌਗਇਨ ਤੇ ਤੁਸੀਂ ਟੱਚ ਕਰਨਾ ਆਇਆ ਤਾਂ ਮੋਰੇ ਇਹਦਾ ਜੋ ਵੀ ਆਪਣਾ ਅਕਾਊਂਟ ਬਣਾਣਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਈਮੇਲ ਆਈਡੀ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਤੁਸੀਂ ਇਹਦੇ ਉੱਤੇ ਟਾਈਪ ਕਰ ਦੇਣੀ ਹੈ ਜੋ ਵੀ ਤੁਸੀਂ ਕਰਦੇ ਹੋ ਈਮੇਲ ਆਈਡੀ ਲਿਖਣ ਤੋਂ ਬਾਅਦ ਇਹਦੇ ਵਿੱਚ ਦੋਸਤੋ ਤੁਸੀਂ ਸੈਂਡ ਟੂ ਕੋਡ ਦੇ ਉੱਤੇ ਕਰ ਦੇਣਾ ਇੱਕ ਤੁਹਾਡੀ ਮੇਲ ਦੇ ਵਿੱਚ ਕੋਡ ਆਏਗਾ ਉਹ ਕੋਡ ਤੁਸੀਂ ਇੱਥੇ ਦਵਾਰੋਂ ਅਪਲੋਡ ਕਰਨਾ ਹੈ ਜਾਂ ਦਵਾਰੋਂ ਤੁਸੀਂ ਇਹਦੇ ਉੱਤੇ ਟੱਚ ਕਰਕੇ ਤੁਸੀਂ ਉਹਨੂੰ ਇਹਦੇ ਵਿੱਚ ਲਿਖਣਾ ਹੈ ਤਾਂ ਫਿਰ ਅਗਲਾ ਪੇਜ ਖੁੱਲੇਗਾ ਤਾਂ ਦੋਸਤੋ ਵੀਡੀਓ ਨੂੰ ਤੁਸੀਂ ਪੂਰੀ ਦੇਖਿਓ ਸਕਿਪ ਨਾ ਕਰਿਓ ਫਿਰ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿ ਤੁਸੀਂ ਘਰ ਬੈਠੇ ਕਿੱਦਾਂ ਨਿਊਜ਼ੀਲੈਂਡ ਦੀ ਜਿਹੜੀ ਹੈ ਜੋਬ ਆ ਅਪਲਾਈ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਦੋਸਤੋ ਜਦੋਂ ਤੁਹਾਡੇ ਇਹ ਕੋਡ ਮੇਲ ਦੇ ਵਿੱਚ ਆਉਣਾ ਹੈ ਤਾਂ ਤੁਸੀਂ ਉਹ ਮੇਲ ਤੋਂ ਕੋਡ ਦੇਖ ਕੇ ਇਸ ਤਰੀਕੇ ਨਾਲ ਤੁਹਾਡੀ ਮੇਲ ਦੇ ਵਿੱਚ ਕੋਡ ਆਏਗਾ ਉਹ ਤੁਸੀਂ ਦੁਬਾਰੋ ਇੱਥੇ ਟਾਈਪ ਕਰ ਦੇਣਾ ਜੋ ਵੀ ਕੋਡ ਹੋਇਆ ਇਹ ਕੋਡ ਟਾਈਪ ਕਰਨ ਤੋਂ ਬਾਅਦ ਕਨਫਰਮ ਕੋਡ ਦੇ ਉੱਤੇ ਤੁਸੀਂ ਟੱਚ ਕਰਨਾ ਹੈ ਜਦੋਂ ਤੁਸੀਂ ਕਨਫਰਮ ਕੋਡ ਦੇ ਉੱਤੇ ਟੱਚ ਕਰਤਾ ਤਾਂ ਉਸ ਤੋਂ ਬਾਅਦ ਜੋ ਵੀ ਤੁਹਾਡਾ ਪਾਸਵਰਡ ਆ ਜੋ ਵੀ ਤੁਹਾਡਾ ਯੂਜ਼ਰ ਨੇਮ ਆ ਜਿਸ ਆਈਡੀ ਦੇ ਨਾਮ ਤੇ ਤੁਸੀਂ ਇਹ ਆਈਡੀ ਯੂਜ਼ ਕਰਨੀ ਆ ਉਹ ਉੱਪਰ ਯੂਜ਼ਰ ਨੇਮ ਲਿਖਣਾ ਉਸ ਤੋਂ ਬਾਅਦ ਤੁਸੀਂ ਇੱਕ ਪਾਸਵਰਡ ਸੈੱਟ ਕਰਨਾ ਆ ਪਾਸਵਰਡ ਸੈੱਟ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਪਾਸਵਰਡ ਲਿਖਣਾ ਹੈ ਉਸ ਤੋਂ ਬਾਅਦ ਦੁਆਰੋਂ ਫਿਰ ਥੱਲੇ ਤੁਸੀਂ ਇੱਕ ਵਾਰੀ ਫੇਰ ਪਾਸਵਰਡ ਲਿਖਣਾ ਹੈ ਪਾਸਵਰਡ ਲਿਖਣ ਤੋਂ ਬਾਅਦ ਫਿਰ ਤੁਸੀਂ ਕੰਟੀਨਿਊ ਤੇ ਟੱਚ ਕਰ ਦੇਣਾ ਹੈ ਕੰਟੀਨਿਊ ਤੇ ਟੱਚ ਕਰਨ ਤੋਂ ਬਾਅਦ ਦੋਸਤੋ ਅੱਗੇ ਇੱਕ ਪੇਜ ਹੋਰ ਖੁੱਲੇਗਾ ਤਾਂ ਦੋਸਤੋ ਇਹ ਜਿਹੜੀ ਵੀਡੀਓ ਆ ਤੁਸੀਂ ਪੂਰੀ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਦੋਸਤੋ ਇਹ ਅੱਗੇ ਇੱਕ ਪੇਜ ਖੁੱਲ ਜਾਣਾ ਹੈ ਜਿਹਦੇ ਵਿੱਚ ਤੁਹਾਨੂੰ ਆਪਣੀ ਡਿਟੇਲ ਦੇਣੀ ਪਵੇਗੀ ਜੇ ਤੁਸੀਂ ਕਿਸੇ ਵੀ ਕੰਟਰੀ ਤੋਂ ਇਹ ਜੋਬ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਜੇ ਕਿਸੇ ਹੋਰ ਕੰਟਰੀ 'ਚ ਬੈਠੇ ਹੋ ਇੰਡੀਆ 'ਚ ਬੈਠੇ ਹੋ ਜਾਂ ਕਿਸੇ ਹੋਰ ਕੰਟਰੀ 'ਚ ਬੈਠੇ ਹੋ ਤਾਂ ਤੁਸੀਂ ਉੱਥੋਂ ਵੀ ਇਹ ਜੌਬਸ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਮੈਂ ਸੌਰੀ ਮੰਗਦਾ ਕਿ ਮੈਂ ਇਹ ਜੋ ਮੋਰੇ ਸਕਰੀਨ ਆ ਉਹਨੂੰ ਰੈੱਡ ਕਰਤਾ ਆ ਉਹਦਾ ਕਾਰਨ ਇਹ ਆ ਕਿਉਂਕਿ ਇਹ ਜੋ ਮੈਂ ਮੇਲ ਸੀ ਜੋ ਮੈਂ ਇਹ ਅਕਾਊਂਟ ਸੀ ਉਹ ਕਿਸੇ ਆਪਣੇ ਫਰੈਂਡ ਦਾ ਬਣਾ ਰਿਆ ਸੀ ਇਸ ਲਈ ਮੈਂ ਉਹ ਕਿਸੇ ਦੀ ਵੀ ਜੋ ਪਰਸਨਲ ਡਿਟੇਲ ਆ ਉਹ ਸ਼ੋ ਨਹੀਂ ਕਰਨਾ ਚਾਹੁੰਦਾ ਉਹਦਾ ਪਰਸਨਲ ਨੰਬਰ ਸੀ ਇਸ ਕਰਕੇ ਆਪਾਂ ਮੋਰੇ ਰੈਡ ਕਰਤਾ ਆ ਉਸ ਤੋਂ ਬਾਅਦ ਦੋਸਤੋ ਟੈਲੀਫੋਨ ਨੰਬਰ ਤੋਂ ਬਾਅਦ ਤੁਹਾਡਾ ਜੋ ਵੀ ਨੰਬਰ ਆ ਉਸ ਤੋਂ ਬਾਅਦ ਦੋਸਤੋ ਤੁਹਾਡੇ ਅੱਗੇ ਤਿੰਨ ਉਹ ਕੁਐਸਚਨ ਆਉਣੇ ਆ ਜੋ ਵੀ ਇਹ ਉਹ ਕੁਐਸਚਨ ਆ ਜੋ ਵੀ ਤੁਹਾਨੂੰ ਸਹੀ ਲੱਗਦਾ ਜਿਹਦੇ ਤੁਹਾਨੂੰ ਆਨਸਰ ਪਤਾ ਆ ਤਾਂ ਤੁਸੀਂ ਉਹ ਕੁਐਸਚਨ ਟੱਚ ਕਰਨ ਤੋਂ ਬਾਅਦ ਥੱਲੇ ਇੱਥੇ ਆਨਸਰ ਭਰ ਦੇਣੇ ਆ ਉਹ ਤਿੰਨਾਂ ਦੇ ਇਦੇ ਵਿੱਚ ਤੁਸੀਂ ਦੇਖ ਸਕਦੇ ਆ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਆ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਜਾਂ ਜੋ ਤੁਹਾਨੂੰ ਯਾਦ ਰਹਿ ਜਾਵੇ ਬਾਈ ਚਾਂਸ ਕਾਲੂ ਤੁਹਾਨੂੰ ਕੋਈ ਪਾਸਵਰਡ ਚਿੱਤਾ ਭੁੱਲ ਜਾਂਦਾ ਆ ਯਾ ਯਾਦ ਭੁੱਲਣ ਤੋਂ ਬਾਅਦ ਤੁਹਾਨੂੰ ਨਹੀਂ ਪਾਸਵਰਡ ਚਿੱਤੇ ਰਹਿੰਦਾ ਤਾਂ ਤੁਸੀਂ ਇਹ ਉਹ ਕੁਐਸਚਨਾਂ ਦੇ ਆਨਸਰ ਦੇ ਕੇ ਤਾਂ ਦੁਬਾਰੋ ਤੁਸੀਂ ਆਪਣਾ ਪਾਸਵਰਡ ਰੀਸੈਟ ਕਰ ਸਕਦੇ ਆ ਤਾਂ ਦੋਸਤੋ ਇਹ ਤਿੰਨੇ ਜਿਹੜੇ ਉਹ ਕੁਐਸਚਨ ਫਿਲ ਕਰਨ ਤੋਂ ਬਾਅਦ ਤਾਂ ਅੱਗੇ ਪਿੰਨ ਕੋਡ ਦੇ ਵੀ ਆਪਸ਼ਨ ਆ ਦੀਆ ਪਿੰਨ ਕੋਡ ਦੋਸਤੋ ਉਹ ਤੁਸੀਂ ਲਿਖਣਾ ਹੈ ਜੇ ਤਾਂ ਤੁਹਾਡਾ ਪੰਜ ਅੱਖਰਾਂ ਦਾ ਪਿੰਨ ਕੋਡ ਹੈ ਫੇਰ ਤਾਂ ਤੁਸੀਂ ਉਹਦੇ ਵਿੱਚ ਟਾਈਪ ਕਰਦੇ ਹੋ ਉੱਥੇ ਲਿਖਦੇ ਹੋ ਜੇ ਪੰਜ ਅੱਖਰਾਂ ਤੋਂ ਤੁਹਾਡਾ ਪਿੰਨ ਕੋਡ ਜ਼ਿਆਦਾ ਬਣਦਾ ਹੈ ਤਾਂ ਫੇਰ ਤੁਸੀਂ ਇਹ ਰਹਿਣ ਵੀ ਸਕਦੇ ਆ ਛੱਡ ਵੀ ਸਕਦੇ ਆ ਪੇਜ ਨੂੰ ਪਰ ਉਸ ਤੋਂ ਬਾਅਦ ਆਈ ਐਕਸਪੈਕਟ ਤੇ ਤੁਸੀਂ ਟੱਚ ਕਰਨਾ ਹੈ ਤੇ ਟੱਚ ਕਰਨ ਤੋਂ ਬਾਅਦ ਅੱਗੇ ਪੇਜ ਖੁੱਲ ਜਾਣਾ ਦੋਸਤੋ ਜਦੋਂ ਟੱਚ ਕੀਤਾ ਤਾਂ ਅੱਗੇ ਇੱਕ ਹੋਰ ਪੇਜ ਖੁੱਲੇਗਾ ਸੌਰੀ ਥੋੜੀ ਅੰਦਰ ਕਾਲ ਆ ਗਈ ਸੀ ਇੱਕ ਤਾਂ ਜਦੋਂ ਤੁਸੀਂ ਇਹ ਟੱਚ ਕਰ ਟੱਚ ਕਰ ਤਾਂ ਤਾਂ ਦੋਸਤੋ ਅੱਗੇ ਤੁਹਾਡਾ ਜਿਹੜਾ ਜੋ ਵੀ ਤੁਸੀਂ ਨੰਬਰ ਦਿੱਤਾ ਹੋਊਗਾ ਉਹਦੇ ਉੱਤੇ ਤੁਹਾਨੂੰ ਇੱਕ ਕੋਡ ਆਏਗਾ ਜਦੋਂ ਤੁਸੀਂ ਇਹ ਸੈਂਡ ਟੂ ਕੋਡ ਦੇ ਉੱਤੇ ਨੰਬਰ ਤੁਸੀਂ ਆਪਣਾ ਟਾਈਪ ਕਰਕੇ ਸੈਂਡ ਟੂ ਕੋਡ ਦੇ ਉੱਤੇ ਤੁਸੀਂ ਟੱਚ ਕਰਨਾ ਤਾਂ ਉਹਦੇ ਉੱਤੇ ਜੋ ਵੀ ਕੋਡ ਆਏਗਾ ਤੁਹਾਡੇ ਫੋਨ ਦੇ ਉੱਤੇ ਆ ਦੋਸਤੋ ਤੁਸੀਂ ਕੋਡ ਟਾਈਪ ਕਰ ਦੇਣਾ ਇੱਥੇ ਉਸ ਤੋਂ ਬਾਅਦ ਤੁਸੀਂ ਤੁਸੀਂ ਕਨਫਰਮ ਤੇ ਟਚ ਕਰ ਦੇਣਾ ਕਨਫਰਮ ਤੇ ਟਚ ਕਰਨ ਤੋਂ ਬਾਅਦ ਜੋ ਨਿਊਜ਼ੀਲੈਂਡ ਦੀ ਅਫੀਸ਼ੀਅਲ ਵੈਬਸਾਈਟ ਹੈ ਉਹਦਾ ਇੱਕ ਪੇਜ ਖੁੱਲੇਗਾ ਉਹ ਪੇਜ ਦੇ ਉੱਤੇ ਤੁਸੀਂ ਸ਼ੋ ਹੋ ਜਾਏਗਾ ਕਿ ਜੋ ਤੁਹਾਡਾ ਅਕਾਊਂਟ ਆ ਉਹ ਕ੍ਰੀਏਟ ਹੋ ਚੁੱਕਾ ਆ ਇਹ ਦੇਖੋ ਇਹ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਖੁੱਲ ਗਈ ਆ ਇਹਦੇ ਉੱਤੇ ਸ਼ੋ ਹੋਣ ਲੱਗ ਪਿਆ ਵੀ ਜੋ ਆਪਣਾ ਅਕਾਊਂਟ ਆਪਾ ਬਣਾਇਆ ਉਹ ਕ੍ਰੀਏਟ ਹੋ ਗਿਆ ਆ ਉਸ ਤੋਂ ਬਾਅਦ ਦੋਸਤੋ ਤੁਸੀਂ ਜੋ ਵੀ ਨਾਮ ਰੱਖਣਾ ਚਾਹੁੰਦੇ ਹੋ ਜੋ ਵੀ ਤੁਸੀਂ ਆਪਣਾ ਨੇਮ ਆ ਉਹ ਇਹਦੇ ਵਿੱਚ ਤੁਸੀਂ ਟਾਈਪ ਕਰ ਦਿਓ ਉਸ ਤੋਂ ਬਾਅਦ ਤੁਸੀਂ ਆਪਣੀ ਈਮੇਲ ਜੋ ਵੀ ਤੁਹਾਡੀ ਆਪਣੀ ਈਮੇਲ ਆ ਉਹ ਤੁਸੀਂ ਇਹਦੇ ਵਿੱਚ ਟਾਈਪ ਕਰ ਦਿਓ ਈਮੇਲ ਟਾਈਪ ਕਰਨ ਤੋਂ ਬਾਅਦ ਟਾਈਪ ਕਰਨ ਤੋਂ ਬਾਅਦ ਤੁਸੀਂ ਇੱਥੇ ਆਈ ਜਿੱਥੇ ਹੇਠਲੇ ਲਿਖਿਆ ਆ ਆਈ ਵੁੱਡ ਲਾਈਕ ਟੂ ਯੂਜ਼ ਦਿਸ ਅਕਾਊਂਟ ਇੱਥੇ ਤੁਸੀਂ ਟੱਚ ਕਰਨ ਤੋਂ ਬਾਅਦ ਥੱਲੇ ਬਾਅਦ ਉਸ ਤੋਂ ਬਾਅਦ ਤੁਸੀਂ ਐਗਰੀ ਟੂ ਕੰਟੀਨਿਊ ਤੇ ਟੱਚ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਨੂੰ ਦੋਸਤੋ ਇੱਕ ਮੇਲ ਆਏਗੀ 10 15 ਮਿੰਟ ਦੇ ਵਿੱਚ ਵਿੱਚ ਤਾਂ ਤੁਸੀਂ ਉਹ ਮੇਲ ਤੇ ਜਾ ਕੇ ਆਪਣਾ ਜੋ ਇਹ ਅਕਾਊਂਟ ਹੈ ਨੂੰ ਓਕੇ ਕਰ ਦੇਣਾ ਹੈ ਤਾਂ ਉਸ ਤੋਂ ਬਾਅਦ ਦੋਸਤੋ ਇਹ ਜੋ ਫਾਰਮ ਹੈ ਜੋ ਤੁਹਾਡੇ ਡਾਕੂਮੈਂਟਾਂ ਦੇ ਨਾਲ ਪੇਪਰ ਲੱਗਣੇ ਆ ਉਹ ਆ ਉਹਦੇ ਵਿੱਚ ਐਪਲੀਕੇਸ਼ਨ ਫਾਰਮ ਹੈ ਤੁਹਾਡਾ origignal ਪਾਸਪੋਰਟ ਤੇ ਉਸ ਤੋਂ ਬਾਅਦ ਪਾਸਪੋਰਟ ਦੀਆਂ ਕਾਪੀਆਂ ਦੋ ਫੋਟੋਆਂ ਤਾ ਇਸ ਦੇ ਵਿੱਚ ਤੁਹਾਡਾ ਮੈਡੀਕਲ ਇੰਸ਼ੋਰੈਂਸ ਤਾ ਉਸ ਦੇ ਵਿੱਚ ਬੈਂਕ ਸਟੇਟਮੈਂਟ ਤਾ ਦੋਸਤੋ ਇਹ ਤੁਸੀਂ ਪੜ ਸਕਦੇ ਆ ਜੋ ਜੋ ਪੇਪਰ ਲੱਗਣੇ ਆ ਤਾ ਤੁਸੀਂ ਇੱਥੋਂ ਦੇਖ ਕੇ ਤਾ ਉਹ ਪੇਪਰ ਨਾਲ ਲਾ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਆ ਤਾ ਹੁਣ ਦੋਸਤੋ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਜੋ ਮਾਲਕ ਲੱਭਣਾ ਆ ਵੀ ਜਿਹਨੂੰ ਆਪਾਂ ਏਮਪਲੋਇਰ ਕਹਿੰਦੇ ਆਂ ਵੀ ਉਹ ਤੁਸੀਂ ਕਿੱਥੋਂ ਲੱਭ ਸਕਦੇ ਆਂ ਦੋਸਤੋ ਇਹ ਨਿਊਜ਼ੀਲੈਂਡ ਦੀਆਂ 8 ਵੈਬਸਾਈਟਾਂ ਆਂ ਜੋਬ ਤੁਸੀਂ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਜੋਬ ਆਪਣੇ ਵਾਸਤੇ ਲੱਭ ਸਕਦੇ ਆ ਆਪਣੇ ਵਾਸਤੇ ਇੰਪਲੋਇਰ ਲੱਭ ਸਕਦੇ ਆ ਤੁਸੀਂ ਇਹਨਾਂ ਵੈਬਸਾਈਟਾਂ ਤੇ ਜਾ ਕੇ ਜਿਹੜੀ ਵੀ ਤੁਸੀਂ ਜੋਬ ਕਰਨਾ ਚਾਹੁੰਦੇ ਹੋ ਜਾਂ ਜਿਹਦੇ ਵਿੱਚ ਵੀ ਤੁਹਾਨੂੰ ਇੰਟਰਸਟ ਹੈਗਾ ਤੁਸੀਂ ਉਹ ਉਸ ਜੋਬ ਲਈ ਤੁਸੀਂ ਅਪਲਾਈ ਕਰ ਸਕਦੇ ਆ ਤਾਂ ਉਹਦੇ ਲਈ ਤੁਹਾਨੂੰ ਇੱਕ ਸੀਵੀ ਤੇ ਇੱਕ ਕਵਰ ਲੈਟਰ ਅਪਲੋਡ ਕਰਨਾ ਪੈਣਾ ਆ ਤਾਂ ਤੁਸੀਂ ਜੋ ਵੀ ਇਹ ਵੈਬਸਾਈਟ ਆ ਇਹ ਵੈਬਸਾਈਟ ਤੇ ਜਾ ਕੇ ਜਿਹੜੀ ਵੀ ਜੋਬ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਸੀਂ ਉਹ ਜੋਬ ਲਈ ਅਪਲਾਈ ਕਰ ਸਕਦੇ ਆ ਤਾਂ ਇਸ ਤੋਂ ਦੋਸਤੋ ਸ਼ਾਰਟ ਰਸਤਾ ਇਹ ਹੈਗਾ ਵੀ ਜੇ ਤੁਹਾਡਾ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਦੋਸਤ ਹੈਗਾ ਤਾਂ ਤੁਸੀਂ ਉਹਨੂੰ ਵੀ ਕਹਿ ਕੇ ਇੱਕ এমਪਲੋਇਰ ਲੱਭ ਸਕਦੇ ਆ ਤਾਂ ਜਦੋਂ ਤੁਹਾਨੂੰ এমਪਲੋਇਰ ਮਿਲ ਗਿਆ ਤਾਂ ਦੋਸਤੋ ਤੁਸੀਂ ਇਹ ਜੋ 6 ਮਹੀਨੇ ਦਾ ਨਿਊਜ਼ੀਲੈਂਡ ਦਾ ਵੀਜ਼ਾ ਆ ਉਹ ਲੈ ਸਕਦੇ ਆ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਕੁ ਗੱਲਬਾਤ ਕਰਨੀ ਸੀ ਕੋਈ ਅਗਲੀ ਜਾਣਕਾਰੀ ਲੈ ਕੇ ਜਲਦੀ ਆਵਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ